ਹੁਣੇ ਹੁਣੇ ਇਨਫੋਰਮੇਸ਼ਨ ਮਿਲੀ ਹੈ ਸਾਨੂੰ ਵੀ ਉਹਦਾ ਮਰਡਰ ਹੋ ਗਿਆ। ਅਸੀਂ ਉਹਨਾਂ ਦੇ ਪਿੰਡ ਇੱਥੇ ਮੌਕੇ 'ਤੇ ਪਹੁੰਚੇ ਹਾਂ, ਵੈਰੀਫਾਈ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਇੱਕ ਮੁੰਡੇ ਦਾ ਨਾਂ ਇੰਦਰਜੀਤ ਸਿੰਘ ਸੀ, 18-19 ਸਾਲ ਦੀ ਉਮਰ ਸੀ। फोटो खिंचन लगा जी कुड़ी ने पहले फोन लाया ठीक है कुड़ी ने सद्या पहलो ਇਨਫੋਰਮੇਸ਼ਨ ਮਿਲੀ ਹੈ ਸਾਨੂੰ ਮਰਡਰ ਹੋ ਗਿਆ। ਅਸੀਂ ਉਹਨਾਂ ਦੇ ਪਿੰਡ ਇੱਥੇ ਮੌਕੇ ਤੇ ਪਹੁੰਚੇ ਆ, ਵੈਰੀਫਾਈ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਇਹ ਕਤਲ ਹੋਇਆ। ਮੁੰਡੇ ਦਾ ਨਾਂ ਇੰਦਰਜੀਤ ਸਿੰਘ ਸੀ, 18-19 ਸਾਲ ਦੀ ਉਮਰ ਸੀ। ਇਸ ਨੂੰ ਦੇਖ ਰਹੇ ਹਾਂ, ਪੜਤਾਲ ਕਰ ਰਹੇ ਹਾਂ, ਬਾਅਦ ਇਨਵੈਸਟੀਗੇਸ਼ਨ ਹੀ ਦੱਸਿਆ ਜਾ ਸਕਦਾ ਵੀ ਕਿਸ ਤਰ੍ਹਾਂ ਕਤਲ ਹੋਇਆ। ਰਾਤ ਕਹਿੰਦੇ ਰਾਤ ਹੋਈ ਕੀ ਘਟਨਾ ਹੋਈ ਰਾਤੀ ਗੋਟਾ ਪੈਸਾ ਨੀ ਸੀ ਰਹਿਣ ਦਿੰਦੇ ਕੋਠੇ ਤੇ ਮੇਰੇ ਤੇ ਆ ਕੇ ਖੜ ਜਾਂਦੀ ਸੀ। ਮੈਂ ਰੋੜਿਆ ਨਾ ਭਜਾਉਣੀ, ਮੈਂ ਕਹਿਣਾ ਭਾਜਾ ਮੇਰੇ ਘਰੇ ਕੀ ਲੈਣ ਆਈ ਰਾਤ ਮੇਰੇ ਨਾਲ ਰੋਟੀ ਖਾਂਦਾ ਕਹਿੰਦਾ ਬੀਬੀ ਮੈਂ ਕੋਠੇ ਤੇ ਪੈ ਜਾ। ਮੈਂ ਕਿਹਾ ਪੈ ਜਾ, ਮੈਂ ਦੋ ਵਾਰੀ ਵੇਖ ਕੇ ਆਈ ਪਿਆ ਉਦੋਂ ਵੀ, ਉਦੋਂ ਬਾਅਦ ਨੀ ਮੈਨੂੰ ਪਤਾ ਲੱਗਾ। ਮੈਂ ਗੋਲੀਆਂ ਖਾ ਕੇ ਪੀੜ ਦਿੰਗਾ ਪੈ ਜਾਂਦੀ ਨੀ ਲੱਤ ਦਿੰਗਾ ਮੈਨੂੰ ਫੋਨ ਫੜਾ ਦਿੰਦਾ ਤੇ ਕਹਿੰਦਾ ਲੈ ਬੀਬੀ ਹਰ ਦਿਨ ਮੈਨੂੰ ਟਿਕਟ ਨੀ ਦਿੰਦੀ, ਫੋਨ ਲਾਈ ਜਾਂਦੀ ਕਿਹੜੇ ਨੇ ਕੁੜੀ ਵੀ ਆਈ ਰੋਲੇ ਮੇਰੇ ਪੁੱਤ ਨਾਲ ਹੀ ਜਾਵੇ, ਮੇਰਾ ਤਾਂ ਮਰਵਾਦਾ ਪਰ ਉਹ ਵੀ ਆਈ ਜਾਵੇ, ਮੈਨੂੰ ਤਾਂ ਬਸ ਇਹੀ ਆ। ਜੋਤਿਸ਼ ਆਰ ਕੇ ਸ਼ਾਸਤਰੀ ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ, 72 ਘੰਟਿਆਂ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਧੋਖਾ ਖਾਦੇ ਲੋਕ ਸਾਨੂੰ ਇੱਕ ਵਾਰ ਜ਼ਰੂਰ ਫੋਨ ਕਰਨ। 81-468-13-896